ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਅੱਜ ਪਕਾਸ਼ ਓਪਰੇਸ਼ਨ ਚਲਾਇਆ ਗਿਆ। ਦੱਸ ਦਈਏ ਕਿ 11 ਤੋਂ 2 ਅੱਜ ਪਕਾਸ਼ ਓਪਰੇਸ਼ਨ ਚਲਾਇਆ ਜਾ ਰਿਹਾ। ਇਸੇ ਤਰੀਕੇ ਨਾਲ ਤਰਨ ਤਾਰਨ ਦੇ SSP ਅਸ਼ਵਨੀ ਕਪੂਰ ਜਿਹੜੇ ਨੇ ਆਪਣੀ ਟੀਮ ਦੇ ਨਾਲ ਖੁਦ ਇੱਥੇ ਪਹੁੰਚੇ ਨੇ ਔਰ ਲਗਾਤਾਰ ਤਰਨ ਤਾਰਨ ਦੇ ਏਰੀਏ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਸਰ, ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਪਕਾਸ਼ ਓਪਰੇਸ਼ਨ ਚਲਾਇਆ ਗਿਆ? ਕਾਫੀ ਜਿਵੇਂ ਇਲੈਕਸ਼ਨ ਖਤਮ ਹੋ ਗਏ, ਉਸ ਤੋਂ ਬਾਅਦ ਸਾਡਾ ਜਿਹੜਾ ਹੈਗਾ ਪੁਆਇੰਟ ਆਫ ਸੇਲ ਜਿਹੜੇ ਆ ਮੇਨ, ਅਸੀਂ ਉਹਨਾਂ ਨੂੰ ਟਾਰਗੇਟ ਰੱਖਿਆ ਅੱਜ, ਜਿੱਥੋਂ ਕਿ ਛੋਟੀ ਛੋਟੀ ਕੁਆਂਟਿਟੀ 'ਚ ਵਿਕਦੇ ਆ ਉਹਦੇ ਜ਼ਿਆਦਾ ਇਫੈਕਟ ਜਿਹੜਾ ਔਰ ਹੁੰਦਾ। ਇਸ ਕਰਕੇ ਅਸੀਂ ਅੱਜ ਜਿਹੜੀਆਂ 35-37 ਜਿਹੜੇ ਪੁਆਇੰਟ ਹੈ ਉਹ ਸ਼ਹਿਰ ਦੇ ਵਿੱਚ, ਜਿਹੜਾ ਟਾਂਗ ਛੱਤਰੀ ਮਹੱਲਾ ਕਾਫੀ ਬਦਨਾਮ ਹੈ ਇਸ ਚੀਜ਼ ਨੂੰ ਲੈ ਕੇ, ਇੱਥੇ ਅਸੀਂ 6 ਤੋਂ 8 ਪਾਰਟੀਆਂ ਬਣਾ ਕੇ ਅਤੇ ਡਿਫਰੈਂਟ ਡਿਫਰੈਂਟ ਆਫਿਸਰਸ ਦੇ ਅੰਡਰ, ਗਜਸਟਡ ਆਫਿਸਰਸ ਦੇ ਇੱਥੇ ਔਰ ਪਲੱਸ ਜਿੰਨੀਆਂ ਵੀ ਸਾਡੀਆਂ ਸਬ ਡਿਵੀਜ਼ਨਾਂ ਹੈਗੀਆਂ, 3 ਹੋਰ ਜਿਹੜੀਆਂ ਡਿਸਟ੍ਰਿਕਟ ਦੀਆਂ ਹੈਗੀਆਂ, ਉੱਥੇ SP ਸਾਹਿਬਾਨ ਅਤੇ DSP ਸਾਹਿਬਾਨ ਉਹਨਾਂ ਦੀ ਜੇ ਸਰਗਰਦਗੀ ਜਿਹੜੀ ਹੈ ਇਹ ਪ੍ਰੈਸ ਓਪਰੇਸ਼ਨ ਚੱਲ ਰਿਹਾ ਔਰ ਅਸੀਂ 3 ਘੰਟੇ ਦਾ ਓਪਰੇਸ਼ਨ ਦੀ ਵਿੰਡੋ ਰੱਖੀ ਹੈ। ਉਸ ਤੋਂ ਬਾਅਦ ਫਿਰ ਜਿੰਨੀ ਵੀ ਜੋ ਵੀ ਰਿਕਵਰੀ ਹੋਏਗੀ ਉਹ ਤੁਹਾਨੂੰ ਜਾਣੂ ਪ੍ਰਾਪਤ ਕਰ ਜਾਏ। ਬਿਲਕੁਲ ਸਰ, ਤਰਨ ਤਾਰਨ ਦੇ ਨਾਲ ਜਿਵੇਂ ਆਪਾਂ ਸਰਹੱਦ ਦੀ ਗੱਲ ਕਰ ਲਈਏ, ਕਿਉਂਕਿ ਆਪਣਾ ਜਿਹੜਾ ਜ਼ਿਲ੍ਹਾ ਸਰਹੱਦ ਦੇ ਨਾਲ ਜੁੜਿਆ ਹੋਇਆ ਔਰ ਉਹ ਪਿੰਡ ਜਿਵੇਂ ਪਿੰਡਾਂ ਦੇ ਵਿੱਚ ਵੀ ਚੱਲ ਰਿਹਾ, ਉੱਥੇ ਸਰਹੱਦੀ ਪਿੰਡਾਂ ਦੇ ਵਿੱਚ ਖਾਸ ਕਰਕੇ? ਬਿਲਕੁਲ ਜੀ, ਜਿਹੜੇ ਜਿਵੇਂ ਭਿੱਖੀਵਿੰਡ ਔਰ ਪੱਟੀ ਏਰੀਆ ਜਾਂ ਤਰਨ ਝਬਾਲ ਥਾਣੇ ਦਾ ਜਾਂ ਸਰਾਏ ਮਾਨਸਾ ਦਾ ਪੈ ਜਾਂਦਾ, ਉਹਨਾਂ ਦੇ ਵੀ ਪਿੰਡ ਜਿਹੜੇ ਬਦਨਾਮ ਬਸਤੀਆਂ ਜਾਂ ਕੋਈ ਪਿੰਡ ਐਸੇ ਹੈਗੇ ਜਿਹੜੇ ਬਦਨਾਮ ਹੈ ਜਿੱਥੇ ਕਾਫੀ ਡਰੋਪਿੰਗਸ ਵਗੈਰਾ ਡਰੋਨ ਐਕਟੀਵਿਟੀ ਹੁੰਦੀ ਰਹਿੰਦੀ ਹੈ, ਉਹਨਾਂ ਨੂੰ ਟਾਰਗੇਟ ਕਰਕੇ ਉਹ ਸਾਰੇ ਪਰਟੀਕੁਲਰਲੀ ਉਹਨਾਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ। ਬਿਲਕੁਲ, ਇਹ ਸਨ ਤਰਨ ਤਾਰਨ ਦੇ SSP ਔਰ ਇਹਨਾਂ ਵੱਲੋਂ ਜਿਹੜੀਆਂ ਟੀਮਸ ਬਣਾ ਕੇ ਜਿਹੜਾ ਕਾਸ ਓਪਰੇਸ਼ਨ ਚਲਾਇਆ ਜਾ ਰਿਹਾ ਲਗਾਤਾਰ। ਔਰ ਦੱਸ ਦਈਏ ਕਿ ਅੱਜ ਤਰਨ ਤਾਰਨ ਦੇ ਕੋਈ ਪੁਆਇੰਟਸ ਜਿਹੜੇ ਨੇ ਕੀਤੇ ਗਏ ਸੀ ਜਿੱਥੇ ਛੋਟਾ ਮੋਟਾ ਨਸ਼ਾ ਵਿਕਦਾ ਹੈ, ਉਸ ਦੇ ਨਾਲ ਜਿਹੜੇ ਗੈਂਗਸਟਰ ਗੈਂਗਵਾਰ ਦੇ ਗੈਂਗਸਟਰਾਂ ਦੇ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਅੱਜ ਲਗਾਤਾਰ ਪੁਲਿਸ ਵੱਲੋਂ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਹੈ। ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਅੱਜ ਪਕਾਸ਼ ਓਪਰੇਸ਼ਨ ਚਲਾਇਆ ਗਿਆ। ਦੱਸ ਦਈਏ ਕਿ 11 ਤੋਂ 2 ਅੱਜ ਕਾਸ਼ ਓਪਰੇਸ਼ਨ ਚਲਾਇਆ ਜਾ ਰਿਹਾ। ਇਸੇ ਤਰੀਕੇ ਨਾਲ ਤਰਨ ਤਾਰਨ ਦੇ SSP ਅਸ਼ਵਨੀ ਕਪੂਰ ਜਿਹੜੇ ਨੇ ਆਪਣੀ ਟੀਮ ਦੇ ਨਾਲ ਖੁਦ ਇੱਥੇ ਪਹੁੰਚੇ ਨੇ ਔਰ ਲਗਾਤਾਰ ਤਰਨ ਤਾਰਨ ਦੇ ਏਰੀਏ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਸਰ, ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਕਾਸ਼ ਓਪਰੇਸ਼ਨ ਚਲਾਇਆ ਗਿਆ? ਕਾਫੀ ਜਿਵੇਂ ਇਲੈਕਸ਼ਨ ਖਤਮ ਹੋ ਗਏ, ਉਸ ਤੋਂ ਬਾਅਦ ਸਾਡਾ ਜਿਹੜਾ ਹੈਗਾ ਪੁਆਇੰਟ ਆਫ ਸੇਲ ਜਿਹੜੇ ਆ ਮੇਨ, ਅਸੀਂ ਉਹਨਾਂ ਨੂੰ ਟਾਰਗੇਟ ਰੱਖਿਆ ਅੱਜ, ਜਿੱਥੋਂ ਕਿ ਛੋਟੀ ਛੋਟੀ ਕੁਆਂਟਿਟੀ 'ਚ ਵਿਕਦੇ ਆ ਉਹਦੇ ਜ਼ਿਆਦਾ ਇਫੈਕਟ ਜਿਹੜਾ ਔਰ ਹੁੰਦਾ। ਇਸ ਕਰਕੇ ਅਸੀਂ ਅੱਜ ਜਿਹੜੀਆਂ 35-37 ਜਿਹੜੇ ਪੁਆਇੰਟ ਹੈ ਉਹ ਸ਼ਹਿਰ ਦੇ ਵਿੱਚ, ਜਿਹੜਾ ਟਾਂਗ ਛੱਤਰੀ ਮਹੱਲਾ ਕਾਫੀ ਬਦਨਾਮ ਹੈ ਇਸ ਚੀਜ਼ ਨੂੰ ਲੈ ਕੇ, ਇੱਥੇ ਅਸੀਂ 6 ਤੋਂ 8 ਪਾਰਟੀਆਂ ਬਣਾ ਕੇ ਅਤੇ ਡਿਫਰੈਂਟ ਡਿਫਰੈਂਟ ਆਫਿਸਰਸ ਦੇ ਅੰਡਰ, ਗਜਸਟਡ ਆਫਿਸਰਸ ਦੇ ਇੱਥੇ ਔਰ ਪਲੱਸ ਜਿੰਨੀਆਂ ਵੀ ਸਾਡੀਆਂ ਸਬ ਡਿਵੀਜ਼ਨਾਂ ਹੈਗੀਆਂ, 3 ਹੋਰ ਜਿਹੜੀਆਂ ਡਿਸਟ੍ਰਿਕਟ ਦੀਆਂ ਹੈਗੀਆਂ, ਉੱਥੇ SP ਸਾਹਿਬਾਨ ਅਤੇ DSP ਸਾਹਿਬਾਨ ਉਹਨਾਂ ਦੀ ਜੇ ਸਰਗਰਦਗੀ ਜਿਹੜੀ ਹੈ ਇਹ ਪ੍ਰੈਸ ਓਪਰੇਸ਼ਨ ਚੱਲ ਰਿਹਾ ਔਰ ਅਸੀਂ 3 ਘੰਟੇ ਦਾ ਓਪਰੇਸ਼ਨ ਦੀ ਵਿੰਡੋ ਰੱਖੀ ਹੈ। ਉਸ ਤੋਂ ਬਾਅਦ ਫਿਰ ਜਿੰਨੀ ਵੀ ਜੋ ਵੀ ਰਿਕਵਰੀ ਹੋਏਗੀ ਉਹ ਤੁਹਾਨੂੰ ਜਾਣੂ ਪ੍ਰਾਪਤ ਕਰ ਜਾਏ। ਬਿਲਕੁਲ ਸਰ, ਤਰਨ ਤਾਰਨ ਦੇ ਨਾਲ ਜਿਵੇਂ ਆਪਾਂ ਸਰਹੱਦ ਦੀ ਗੱਲ ਕਰ ਲਈਏ, ਕਿਉਂਕਿ ਆਪਣਾ ਜਿਹੜਾ ਜ਼ਿਲ੍ਹਾ ਸਰਹੱਦ ਦੇ ਨਾਲ ਜੁੜਿਆ ਹੋਇਆ ਔਰ ਉਹ ਪਿੰਡ ਜਿਵੇਂ ਪਿੰਡਾਂ ਦੇ ਵਿੱਚ ਵੀ ਚੱਲ ਰਿਹਾ, ਉੱਥੇ ਸਰਹੱਦੀ ਪਿੰਡਾਂ ਦੇ ਵਿੱਚ ਖਾਸ ਕਰਕੇ? ਬਿਲਕੁਲ ਜੀ, ਜਿਹੜੇ ਜਿਵੇਂ ਭਿੱਖੀਵਿੰਡ ਔਰ ਪੱਟੀ ਏਰੀਆ ਜਾਂ ਤਰਨ ਝਬਾਲ ਥਾਣੇ ਦਾ ਜਾਂ ਸਰਾਏ ਮਾਨਸਾ ਦਾ ਪੈ ਜਾਂਦਾ, ਉਹਨਾਂ ਦੇ ਵੀ ਪਿੰਡ ਜਿਹੜੇ ਬਦਨਾਮ ਬਸਤੀਆਂ ਜਾਂ ਕੋਈ ਪਿੰਡ ਐਸੇ ਹੈਗੇ ਜਿਹੜੇ ਬਦਨਾਮ ਹੈ ਜਿੱਥੇ ਕਾਫੀ ਡਰੋਪਿੰਗਸ ਵਗੈਰਾ ਡਰੋਨ ਐਕਟੀਵਿਟੀ ਹੁੰਦੀ ਰਹਿੰਦੀ ਹੈ, ਉਹਨਾਂ ਨੂੰ ਟਾਰਗੇਟ ਕਰਕੇ ਉਹ ਸਾਰੇ ਪਰਟੀਕੁਲਰਲੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਬਿਲਕੁਲ, ਇਹ ਸਨ ਤਰਨ ਤਾਰਨ ਦੇ SSP ਔਰ ਇਹਨਾਂ ਵੱਲੋਂ ਜਿਹੜੀਆਂ ਟੀਮਸ ਬਣਾ ਕੇ ਜਿਹੜਾ ਕਾਸ ਓਪਰੇਸ਼ਨ ਚਲਾਇਆ ਜਾ ਰਿਹਾ ਲਗਾਤਾਰ। ਔਰ ਦੱਸ ਦਈਏ ਕਿ ਅੱਜ ਤਰਨ ਤਾਰਨ ਦੇ ਕੋਈ ਪੁਆਇੰਟਸ ਜਿਹੜੇ ਨੇ ਕੀਤੇ ਗਏ ਸੀ ਜਿੱਥੇ ਛੋਟਾ ਮੋਟਾ ਨਸ਼ਾ ਵਿਕਦਾ ਹੈ, ਉਸ ਦੇ ਨਾਲ ਜਿਹੜੇ ਗੈਂਗਸਟਰ ਗੈਂਗਵਾਰ ਦੇ ਗੈਂਗਸਟਰਾਂ ਦੇ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਅੱਜ ਲਗਾਤਾਰ ਪੁਲਿਸ ਵੱਲੋਂ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਹੈ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।